ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਸਨੀ ਦਿਓਲ ਨੇ ਅੱਜ ਐਂਟਰੀ ਕਰਦੇ ਹੀ ਆਪਣੇ ਵਿਰੋਧੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਗੁਰਦਾਸਪੁਰ ਦੇ ਲੋਕਾਂ ਦੇ ਦਿਲਾਂ ਵਿੱਚ ਵਸਣ ਲਈ ਕੁਝ ਵੀ ਕਰ ਸਕਦੇ ਨੇ ਤੇ ਕੜੀ ਮਿਹਨਤ ਲਈ ਵੀ ਤਿਆਰ ਨੇ ਮੈਂ ਤੁਹਾਡਾ ਹਾਂ ਤੇ ਮੈਂ ਹੋਰ ਕਿੱਥੇ ਨਹੀਂ ਜਾਵਾਂਗਾ ਵਿਰੋਧੀ ਉਮੀਦਵਾਰ ਤਾਂ ਇੱਕ ਮਖੌਟਾ ਲੈ ਕੇ ਆਏ ਹੈ ਮੋਦੀ ਸਾਹਿਬ ਜਵਾਬਾਂ ਤੋਂ ਭੱਜਣ ਵਾਸਤੇ ਵੀ ਲੋਕ ਨਾ ਪੁੱਛਣ ਲੋਕਾਂ ਨੇ ਸਵਾਲ ਜਿਹੜੇ ਹੈ ਬੇਰੋਜ਼ਗਾਰੀ ਦਾ ਸਵਾਲ ਹੈ ਪੰਜਾਬ ਵਾਸਤੇ ਕੀ ਦਿੱਤਾ 5 ਸਾਲਾਂ 'ਚ ਮੋਦੀ ਸਾਹਿਬ ਨੇ ਨੋਟਬੰਦੀ ਕਿਉਂ ਕੀਤੀ ਗਈ ਸੀ ਪੁਲਵਾਮਾ 'ਚ ਸਾਡੇ 40 ਜਵਾਨ ਸ਼ਹੀਦ ਕਿਉਂ ਹੋਏ ਉਹਦੀ ਜ਼ਿੰਮੇਵਾਰੀ ਕਿਉਂ ਨਹੀਂ ਫਿਕਸ ਕੀਤੀ ਗਈ ਸਾਡੇ ਇੱਥੇ ਕੋਈ ਫੈਕਟਰੀ ਕਿਉਂ ਨਹੀਂ ਲੱਗੀ 3 ਜਨਵਰੀ ਨੂੰ ਮੋਦੀ ਸਾਹਿਬ ਇੱਥੇ ਖੁਦ ਆਏ ਗੁਰਦਾਸਪੁਰ ਕੋਈ ਫੈਕਟਰੀ ਦਾ ਅਨਾਊਂਸ ਨਹੀਂ ਕਰਕੇ ਗਏ ਕੋਈ ਸਾਡੇ ਇੰਡਸਟਰੀ ਏਰੀਏ ਵਾਸਤੇ ਕੋਈ ਪੈਕੇਜ ਨਹੀਂ ਅਨਾਊਂਸ ਕਰਕੇ ਗਏ ਅਤੇ ਇਹਨਾਂ ਗੱਲਾਂ ਦਾ ਜਵਾਬ ਨਾ ਦੇਣਾ ਪਵੇ ਇਸ ਕਰਕੇ ਸਨੀ ਦਿਓਲ ਜੀ ਨੂੰ ਉਤਾਰਤਾ ਉਹਨਾਂ ਨੂੰ ਕੋਈ ਪੁੱਛੂਗਾ ਉਹ ਕਹਿ ਦੇਣਗੇ ਮੈਂ ਤਾਂ ਨਿਆ ਆਇਆ ਹੂੰ ਮੇਰੇ ਕੋਲ ਪਤਾ ਨਹੀਂ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼